ਗਿਆਰਾਂ ਵੱਜ ਕੇ ਵੀਹ ਮਿੰਟ ਤੇ ਕੈਪਟਨ ਦੀ ਮੁੱਛਾਂ ਵਾਲੀ ਢਾਡੀ ਖੁੱਲਦੀ ਹੈ, ਬਾਰਾਂ ਵੀਹ ਤੇ ਦਾੜੀ ਵਾਲੀ, ਫਿਰ ਬਾਰਾਂ ਵੱਜ ਕੇ ਚਾਲੀ ਮਿੰਟ ਤੋਂ ਲੈ ਕੇ ਪੈਂਤੀ ਮਿੰਟਾਂ ਚ ਤਿੰਨ ਜਣੇ ਪੰਜਾਮੀ ਚੜਾਉਂਦੇ ਨੇ, ਇਹ ਲੈ ਲੂ। ਜੇ ਤੁਹਾਨੂੰ ਲੱਗਦਾ ਯਾਰ ਸੋਚੀ ਤਾਂ ਜਾਂਦਾ ਆਪਣੇ ਬਾਰੇ, ਵੇ ਫਿਰ ਫਿਰਦਾ ਤੁਰਿਆ ਰੋਜ। ਮੈਂ ਕੱਲ ਵੀ ਰਾਤ ਮੌੜ ਮੰਡੀ ਗਈ ਸੀ, 9:30 ਵਜੇ ਵੀ ਦੇਖਿਆ ਮੈਂ ਲਾਈਵ। ਮੈਂ ਨੀ ਹਟਦਾ ਨਾ ਮੈਂ ਥੱਕਦਾ, ਜੀਰੀ ਲਾਉਣ ਨਾਲ ਤਾਂ ਨੀ ਔਖਾ ਕੰਮ, ਇਹ ਕਣਕ ਵੱਢਣ ਨਾਲ ਤਾਂ ਨੀ ਔਖਾ, ਪੱਟਾ ਪੋਚਣ ਨਾਲ ਤਾਂ ਨੀ ਔਖਾ, ਕੱਖ ਕੱਢਣ ਨਾਲ ਤਾਂ ਨੀ ਔਖਾ, ਠੀਕ ਹੈ ਨਾ। ਤੜਕੇ 6 ਵਜੇ ਤੁਰ ਪੈਂਦਾ ਮੈਂ ਤਾਂ, ਰਾਤ ਦੇ 10 ਵਜੇ ਤੱਕ ਰੈਲੀਆਂ ਕਰਦਾ। ਇਹ ਮੈਂ ਤਾਂ ਇੱਕ ਦਿਨ ਚ 20-25 ਰੈਲੀਆਂ ਕਰਦਾ। ਇਹ 11:20 ਤੇ ਕੈਪਟਨ ਦੀ ਮੁੱਛਾਂ ਵਾਲੀ ਢਾਡੀ ਖੁੱਲਦੀ ਹੈ, 12:20 ਤੇ ਦਾੜੀ ਵਾਲੀ, ਫਿਰ 12:40 ਤੋਂ ਲੈ ਕੇ 35 ਮਿੰਟਾਂ ਚ ਤਿੰਨ ਜਣੇ ਪੰਜਾਮੀ ਚੜਾਉਂਦੇ ਨੇ, ਇਹ ਲੈ ਲੂ। ਜਿਵੇਂ ਕੁੜੀ ਵਾਲਾ ਭੂਮ ਬਿਠਣਾ ਹੋਵੇ, ਫਿਰ 1:30 ਵਜੇ ਨਿਕਲਦੇ ਨੇ, ਕਹਿੰਦੇ ਚਲੋ ਪੰਜਾਬ ਬਚਾਈਏ, 4:00 ਵਜੇ ਕਹਿੰਦੇ ਨੇ ਬਹੁਤ ਬਚ ਗਿਆ ਚਲੋ ਚੱਲੀਏ ਘਰੇ, ਉਹਨੇ ਚਿਰ ਚ ਮੈਂ ਕੱਢ ਦੇਣਾ 17 ਪਿੰਡ, ਆਹ ਫਰਕ ਹੈ ਬਸ। ਸੋ ਜੇ ਤੁਹਾਨੂੰ ਲੱਗਦਾ ਸਾਡੇ ਤੁਹਾਨੂੰ ਮੇਰੇ ਚੋਂ ਆਪਦੇ ਪੁੱਤ ਭਤੀਜੇ ਨਜ਼ਰ ਆਉਂਦੇ ਨੇ, ਤੁਹਾਨੂੰ ਮੇਰੇ ਚੋਂ ਆਪਦੇ ਛੋਟੇ ਵੱਡੇ ਭਰਾ ਨਜ਼ਰ ਆਉਂਦੇ ਨੇ, ਤੁਹਾਨੂੰ ਮੇਰੇ ਚੋਂ ਆਪਣੇ ਚਾਚੇ ਤਾਏ ਨਜ਼ਰ ਆਉਂਦੇ ਨੇ, ਤਾਂ ਇੱਕ ਵਾਰੀ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦੋ, ਇਨਕਲਾਬ। ਬਾਤ ਹੈ ਥੋੜਾ ਜਿਹਾ ਹੋਰ ਗੂੰਜਿਆ ਸਮਾਨ, ਇਨਕਲਾਬ। ਇਧਰ ਵੀ ਸੇਗਾ ਘਰ ਨੇੜੇ ਜਾ ਥੋੜਾ ਜਿਹਾ ਹੋਰ, ਇਨਕਲਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਹੌਲੀ ਜਾਇਓ, ਆਰਾਮ ਨਾਲ ਜਾਇਓ, ਮੈਂ ਮਿਲ ਕੇ ਜਾਊ ਸਾਰਿਆਂ ਨੂੰ। ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਆਪਣੇ ਸਤਿਕਾਰਯੋਗ ਭਗਵੰਤ ਮਾਨ ਜੀ ਦਾ। ਸਾਰੇ ਨਗਰ ਵੱਲੋਂ ਤੇ ਸਾਡੇ ਨਗਰ ਦੀ ਪੁਲ ਸਪੋਰਟ ਪਹਿਲਾਂ ਨਗਰ ਸਾਰੀਆਂ ਵੋਟਾਂ ਦੇਖੋ, ਇੱਕ ਵੋਟ ਆਪ ਦੇਖੋਗੇ ਕਿ